ਉਹ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇਹ ਖਬਰ। ਉਮੀਦ ਕਰਾਂਗੇ ਕਿ ਬਹੁਤ ਸਾਰੇ ਲੋਕ ਉਹ ਜੋ ਕਿ ਜਲਦਬਾਜ਼ੀਆਂ ਕਰਦੇ ਨੇ, ਲਾਪਰਵਾਹੀ ਪੈਰ ਪੈਰ ਤੇ ਕਰਦੇ ਨੇ, ਲਾਪਰਵਾਹੀ ਕਿਸ ਤਰੀਕੇ ਦੇ ਨਾਲ ਇਨਸਾਨ ਹੀ ਇਨਸਾਨ ਦੀ ਜਾਨ ਦੀ ਦੁਸ਼ਮਣ ਬਣ ਜਾਂਦੀ ਹੈ, ਅੱਜ ਉਹਦੀ ਇਹ ਖਬਰ ਜਿਹੜੀ ਹੈ ਕਿ ਜਿੰਦੀ ਜਾਗਦੀ ਇੱਕ ਉਦਾਹਰਣ ਹੈ। ਇਸ ਵਕਤ ਮੈਂ ਜਿਹੜੀ ਥਾਂ ਤੇ ਖੜਾ ਇਹ ਚੋ ਹੈ, ਪੰਜਾਬ ਦਾ ਇਹ ਖੀਰਲਾ ਪਿੰਡ ਹੈ, ਹਿਮਾਚਲ ਜਿਹੜਾ ਹੈ ਕਿ ਨਾਲ ਹੀ ਜਿਹੜਾ ਸ਼ੁਰੂ ਹੋ ਜਾਂਦਾ ਵੈ। ਪਰ ਅੱਜ ਸਾਰੀ ਸਵੇਰੇ ਤੁਹਾਨੂੰ ਖਬਰ ਦਾ ਪਤਾ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਖਬਰ ਇੱਕ ਨਸ਼ਰ ਹੋਈ ਸੀਗੀ ਕਿ ਜੈਜੋ ਦੁਆਬਾ ਦਾ ਪਿੰਡ ਕਿ ਇੱਕ ਇਨੋਵਾ ਕਾਰ ਜਿਹੜੀ ਕਿ ਕਿਸੇ ਵਿਆਹ ਸਮਾਗਮ ਤੇ ਜਾ ਰਹੀ ਸੀਗੀ ਉਹ ਇੱਕ ਚੋ ਦੇ ਵਿੱਚ ਡਿੱਗ ਪੈਂਦੀ ਹੈ ਤੇ 10 ਤੋਂ ਵੱਧ ਲੋਕ ਜਿਹੜੇ ਉਸ ਗੱਡੀ 'ਚ ਸਵਾਰ ਸੀਗੇ ਤੇ ਮੌਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਹਾਦਸਾ ਸਵੇਰ ਦੇ 9:30 ਦਾ ਦੱਸਿਆ ਜਾ ਰਿਹਾ ਵੈ। ਕੈਮਰਾ ਪਰਸਨ ਨੂੰ ਕਹਾਂਗਾ ਸਭ ਤੋਂ ਪਹਿਲਾਂ ਤੁਹਾਨੂੰ ਉਹ ਇਨੋਵਾ ਦੀ ਇੱਕ ਤਸਵੀਰ ਦਿਖਾ ਦੇਣ। ਇਹ ਇਨੋਵਾ ਕਾਰ ਸੀਗੀ ਜੋ ਹਾਦਸੇ ਦਾ ਸ਼ਿਕਾਰ ਹੋਈ ਸੀ। ਵਿਸਤਾਰ 'ਚ ਤੁਹਾਨੂੰ ਮੈਂ ਜਾਣਕਾਰੀ ਦਿਆਂਗਾ ਕਿ ਇਹ ਕਿਸ ਤਰੀਕੇ ਦੇ ਨਾਲ ਹਾਦਸਾ ਹੋਇਆ, ਕਿਉਂਕਿ ਇਸ ਵਕਤ ਜਿਹੜੀ ਮੈਂ ਥਾਂ ਤੇ ਖੜਾ ਵਾਂ ਮੇਰੇ ਨਾਲ ਇਸ ਵਕਤ ਇਲਾਕਾ ਨਿਵਾਸੀ ਨੇ, ਖਾਸ ਤੌਰ ਤੇ ਉਹ ਚਸ਼ਮਦੀਦ ਨੇ ਜਿਨ੍ਹਾਂ ਨੇ ਆਪਣੇ ਸਾਹਮਣੇ ਉਸ ਤਸਵੀਰਾਂ ਨੂੰ ਆਪਣੀਆਂ ਅੱਖਾਂ ਦੇ ਰਾਹੀਂ ਵੇਖਿਆ ਵੈ, ਉਹ ਮੰਜ਼ਰ ਨੂੰ ਵੇਖਿਆ ਜੋ ਅਕਸਰ ਟੀਵੀ ਦੇ ਵਿੱਚ ਦੇਖਦੇ ਸੀ ਕਿ ਹੜਾਂ ਦੇ ਵਿੱਚ ਗੱਡੀਆਂ ਰੁੜੀਆਂ ਜਾ ਰਹੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ, ਖਾਸ ਤੌਰ ਤੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਉਹਦੀ ਮੈਂ ਤੁਹਾਨੂੰ ਵਿਸਤਾਰ 'ਚ ਜਾਣਕਾਰੀ ਦਿਆਂਗਾ। ਇਸ ਵਕਤ ਮੇਰੇ ਨਾਲ ਇੱਥੇ ਲੋਕ ਨੇ, ਕੀ ਨਾਮ ਹੈ ਭਾਈ ਸਾਹਿਬ ਤੁਹਾਡਾ? ਮੇਰਾ ਦੀਪਕ ਸ਼ਰਮਾ ਜੀ। ਦੀਪਕ ਸ਼ਰਮਾ, ਤੁਹਾਡਾ ਕੀ ਨਾਮ ਹੈ ਜੀ? ਸ਼ਰਮਾ। ਦੀਪਕ ਜੀ, ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗਾ ਇਹ ਹਾਦਸਾ ਸਵੇਰੇ ਕਿੰਨੇ ਵਜੇ ਹੋਇਆ, ਨਾਲ ਨਾਲ ਤੁਸੀਂ ਇਸ ਸਾਰੇ ਏਰੀਏ ਦੀ ਗਰਾਊਂਡ ਰਿਪੋਰਟ ਵੀ ਦਿਖਾਓ, ਅਕਸਰ ਇਸ ਕਾਰਨ ਜਿਹੜਾ ਹਾਲਾਤ ਕੀ ਬਣੇ ਇਸ ਹਾਦਸੇ ਦੇ ਕਾਰਨ? ਸਰ, ਹਾਲਾਤ ਇਸ ਹੈ ਕਿ ਪਾਣੀ ਹਿਮਾਚਲ ਤੋਂ ਵੀ ਜਿਹੜੇ ਭਾਰੀ ਮੀਂਹ ਪੈਂਦਾ ਹੈ ਉਧਰੋਂ ਪਾਣੀ ਬਹੁਤ ਆ ਜਾਂਦਾ ਹੈ ਤੇ ਇਹ ਫਿਰ ਰਾਸਤਾ ਜਿਹੜਾ ਹੈਗਾ ਇੱਥੇ ਪਾਣੀ ਦਾ ਫਲੋ ਬਹੁਤ ਹੋ ਜਾਂਦਾ ਹੈ, ਉਹਦੇ ਕਰਕੇ ਬੰਦੇ ਜਿਹੜੇ ਸੀਗੇ ਅਸੀਂ ਉਹਨਾਂ ਨੂੰ ਰੋਕਿਆ ਵੀ ਉਸ ਵੇਲੇ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗਾ ਇਹ ਇਸ ਵਕਤ ਅਸੀਂ ਪੰਜਾਬ ਦੀ ਹੱਦ ਦੇ ਵਿੱਚ ਖੜੇ। ਹਾਂਜੀ, ਪੰਜਾਬ ਦੀ ਹੱਦ, ਲਾਸਟ ਪਿੰਡ ਹੈ ਜੀ ਪੰਜਾਬ ਦਾ, ਜੇਜੋ ਪਿੰਡ ਹੈ ਜੀ, ਜੇਜੋ ਦੁਆਬਾ ਜੀ। ਤੇ ਉਹ ਪਾਣੀ ਅਸੀਂ ਉਹਨਾਂ ਨੂੰ ਬਥੇਰਾ ਰੋਕਿਆ ਕਿ ਤੁਸੀਂ ਰੁਕੋ ਤੇ ਉਹਨਾਂ ਨੇ ਲਾਪਰਵਾਹੀ ਕੀਤੀ, ਇਗਨੋਰ ਕੀਤਾ ਸਾਰਿਆਂ ਨੂੰ ਤੇ ਉਹ ਅੱਗੇ ਕ੍ਰੋਸ ਕਰ ਲਿਆ, ਉਹ ਇਸ ਕਰਕੇ ਹਾਦਸੇ ਦਾ ਕਾਰਨ ਬਣ ਗਿਆ ਜੀ। ਤਸਵੀਰਾਂ ਤੁਹਾਨੂੰ ਦਿਖਾ ਦਈਏ, ਦਰਸ਼ਕਾਂ ਨੂੰ ਦੱਸ ਦਈਏ ਕਿ ਆਹ ਜਿਹੜਾ ਪਾਣੀ ਹੈ ਸਵੇਰੇ ਇਸੇ ਥਾਂ ਤੇ ਦੱਸਿਆ ਜਾ ਰਿਹਾ 6 ਤੋਂ 7 ਫੁੱਟ ਤੋਂ ਤੱਕ ਪਾਣੀ, ਜਿਹੜਾ 10 ਫੁੱਟ ਦੇ ਕਰੀਬ, 10 ਫੁੱਟ ਦੇ ਕਰੀਬ ਇਸੇ ਥਾਂ ਤੇ ਪਾਣੀ ਸੀਗਾ। ਅਕਸਰ ਕਈ ਲੋਕਾਂ ਨੂੰ ਪਤਾ ਹੋਏਗਾ ਜਿਹੜੇ ਚੋ ਦੇ ਬਾਰੇ ਜਾਣਕਾਰੀ ਰੱਖਦੇ ਨੇ ਕਿ ਚੋ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕਿੰਨਾ ਪਾਣੀ ਆ ਜਾਣਾ, ਕਿਧਰੋਂ ਆ ਜਾਣਾ ਤੇ ਕਿਹੜੇ ਵੇਲੇ ਜਿਹੜਾ ਪਾਣੀ ਮੁੱਕ ਜਾਣਾ ਵੈ। ਅੱਛਾ, ਉਸ ਤੋਂ ਬਾਅਦ ਜਦੋਂ ਸਾਹਮਣੇ ਜਿਹੜੀ ਪੁਲੀ ਹੈ ਦੂਸਰੇ ਪਾਸੇ ਤੋਂ ਆ ਰਿਹਾ ਸੀਗਾ, ਪਿੰਡ ਕਿਹੜਾ ਪੈਂਦਾ ਨਾਲ ਜਿਹੜਾ ਇਧਰ ਪਹਿਲਾਂ ਹਿਮਾਚਲ ਦਾ? ਪਹਿਲਾਂ ਹਿਮਾਚਲ ਦਾ ਪੋਲੀਆਂ ਪੈਂਦਾ ਜੀ, ਪੋਲੀਆਂ ਪੈਂਦਾ ਉਧਰਲੇ ਸਾਈਡ ਤੋਂ ਜਿਹੜੀ ਗੱਡੀ ਆ ਰਹੀ। ਹਾਂਜੀ, ਜਿੱਦਾਂ ਸਾਨੂੰ ਪਤਾ ਲੱਗਿਆ ਕਿ ਉਹ ਦੇਲਾ ਤੋਂ ਆਉਂਦੇ, ਦੇਲਾ ਦੇ ਸੀਗੇ, ਉਹ ਕਿਸੇ ਆਪਣੇ ਫੰਕਸ਼ਨ ਦੇ ਮੈਰਿਜ ਤੇ ਚੱਲੇ ਸੀਗੇ। ਅੱਛਾ, ਤੇ 10 ਤੋਂ 12 ਬੰਦੇ ਉਸ ਗੱਡੀ ਦੇ ਵਿੱਚ ਸੀਗੇ ਜੀ। 10 ਤੋਂ 12 ਇਨੋਵਾ ਕਾਰ ਦੇ ਵਿੱਚ, 7-ਸੀਟਰ ਕਾਰ ਦੇ ਵਿੱਚ 10 ਤੋਂ 12 ਬੰਦੇ ਬੈਠੇ ਹੋਏ ਸੀ। ਅੱਛਾ, ਤੇ ਉਹਨਾਂ ਨੂੰ ਪਬਲਿਕ ਨੇ ਬਹੁਤ ਰੋਕਿਆ, ਜਿੰਨੇ ਵੀ ਮਤਲਬ ਪੁਲਿਸ ਮੁਲਾਜ਼ਮ ਵੀ ਸੀ ਉਹਨਾਂ ਨੇ ਵੀ ਰੋਕਿਆ, ਪੁਲਿਸ ਮੁਲਾਜ਼ਮ ਵੀ ਸੀਗੇ ਉਹਨਾਂ ਨੇ ਵੀ, ਕਿਉਂਕਿ ਉਸ ਵੇਲੇ ਪਾਣੀ ਇੰਨਾ ਸੀਗਾ ਪ੍ਰਸ਼ਾਸਨ ਪਹੁੰਚਿਆ ਹੋਏਗਾ ਉਸ ਵਕਤ ਕਿ ਤਾਂ ਕਿ ਲੋਕ ਜਿਹੜੇ ਨੇ ਕਿ ਉਹ ਪਾਰ ਨਾ ਕਰੇ। ਹਾਂਜੀ, ਨੰਬਰਦਾਰ ਵਗੈਰਾ ਵੀ ਸੀਗੇ ਪਿੰਡ ਦੇ ਤੇ ਕਾਫੀ ਪਬਲਿਕ ਸੀਗੀ, ਉਹਨਾਂ ਨੇ ਮਤਲਬ ਉਸ ਚੀਜ਼ ਨੂੰ ਇਗਨੋਰ ਕਰਦੇ ਹੋਏ ਉਹ ਲੋਡਰ ਦੇ ਪਿੱਛੇ ਉਹਨਾਂ ਨੇ ਗੱਡੀ ਲਗਾ ਕੇ ਨਾ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਫਲੋ ਜ਼ਿਆਦਾ ਹੋਣ ਕਰਕੇ ਉਹ ਰੁੜ ਗਈ ਜੀ। ਦਰਸ਼ਕਾਂ ਨੂੰ ਇਹ ਮਾਮਲੇ ਦੀ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ, ਤਸਵੀਰ ਤੁਹਾਨੂੰ ਦਿਖਾ ਦਈਏ, ਕੋਸ਼ਿਸ਼ ਕਰਾਂਗੇ ਕਿ ਕਿਹੜੇ ਪਾਸੇ ਉਹਦੀ ਇਸ ਵਕਤ ਜਿਹੜੀ ਹੈ ਕਿ ਉਹ ਇਲਾਕਾ ਨਿਵਾਸੀ ਇੱਥੇ ਗੱਲ ਕਰਦੇ ਪਏ ਨੇ ਜਿੱਥੋਂ ਇਹ ਗੱਡੀ ਆਈ ਹੈ। ਕੋਸ਼ਿਸ਼ ਕਰਾਂਗੇ ਕਿ ਅਗਰ ਕੈਮਰੇ ਦੇ ਜ਼ਰੀਏ ਤੁਹਾਨੂੰ ਉਸ ਪੁਲੀ ਦੀ ਤਸਵੀਰ ਦਿਖਾ ਸਕੀਏ ਇਸ ਜਗ੍ਹਾ ਤੋਂ, ਕਿਉਂਕਿ ਥੋੜਾ ਜਿਹਾ ਫਾਸਲਾ ਜ਼ਰੂਰ ਹੈ, 100-200 ਮੀਟਰ ਦਾ ਇਹ ਜਿਹੜਾ ਦਾਇਰਾ ਵੈ ਇੱਥੋਂ ਜਿਹੜੀ ਪੁਲੀ ਹੈ, ਤੇ ਨਾਲ ਹੀ ਤੁਹਾਨੂੰ ਜਿਹੜੀ ਹੈ ਕਿ ਅਗਲੀ ਜਿਹੜੀ ਹੈ ਕਿ ਉਹ ਰਿਪੋਰਟ ਵੀ ਦਿਖਾਵਾਂਗੇ ਉਸ ਜਗ੍ਹਾ ਤੇ ਤੁਸੀਂ ਇਸ ਵਕਤ ਦੇਖ ਪਾ ਰਹੇ ਹੋ ਜਿੱਥੋਂ ਗੱਡੀਆਂ ਇਸ ਵਕਤ ਲੰਘਦੀਆਂ ਪਈਆਂ ਨੇ।
ਹਾਲਾਂਕਿ ਜਿਹੜੀਆਂ ਆਲਟੋ ਕਾਰ ਹੈ ਜਿੱਧਰੋਂ ਉਹ ਇਸ ਵੇਲੇ ਬਲੈਰੋ ਪਿਕਅਪ ਆ ਰਿਹਾ ਇਸੇ ਰਾਹ ਤੋਂ ਹੀ ਜਿਹੜੀ ਹੈ ਕਿ ਸਵੇਰੇ ਇਨੋਵਾ ਕਾਰ ਆ ਰਹੀ ਸੀ ਤੇ ਇਹ ਜਿਹੜੀ ਪੁਲੇ ਦੇ ਉੱਤੇ ਹੀ ਪਾਣੀ ਜਿਹੜਾ ਹੈ ਕਿ ਉਹ ਖੱਬੇ ਪਾਸਿਓਂ ਆ ਰਿਹਾ ਸੀ ਤੇ ਸੱਜੇ ਪਾਸੇ ਉਹਨੂੰ ਜਿਸ ਜਗ੍ਹਾ ਤੇ ਅਸੀਂ ਇਸ ਵਕਤ ਖੜੇ ਆ ਇੱਥੇ ਪਾਣੀ ਆਇਆ। ਜਦੋਂ ਪਾਣੀ ਦੇ ਵਿੱਚ ਗੱਡੀ ਪਹੁੰਚੀ ਹੈ ਭਾਜੀ, ਗੱਡੀ ਜਦੋਂ ਪਹੁੰਚੀ ਹੈ ਪਾਣੀ ਦੇ ਵਿੱਚ, ਪਾਣੀ ਦਾ ਬਹਾਅ ਤੇਜ਼ ਹੋਇਆ ਤੇ ਗੱਡੀ ਰੁੜਦੀ ਆਈ ਹੋਈ, ਰੁੜਦੀ ਆਈ ਥੋੜੀ ਦੂਰ, ਫਿਰ ਉਹਨਾਂ ਨੇ ਕਿਹਾ ਸਾਨੂੰ ਬਚਾਓ, ਅਸੀਂ ਸਾਰੇ ਨੱਠੇ ਆਏ ਜਿੰਨੇ ਵੀ ਸਕੇ, ਕਿਉਂਕਿ ਆਲੇ ਦੁਆਲੇ ਤੁਸੀਂ ਲੋਕਾਂ ਨੂੰ ਰੋਕਦੇ ਪਏ ਸੀਗੇ ਵੀ ਰੁਕ ਜਾਓ ਪਾਣੀ ਬਹੁਤ ਤੇਜ਼ ਹੈ ਤੁਸੀਂ ਨਾ ਨਿਕਲੋ, ਲੇਕਿਨ ਫਿਰ ਵੀ ਉਸ ਬੰਦੇ ਨੇ ਇਹ ਗੱਲ ਨਹੀਂ ਸੁਣੀ, ਉਹ ਗੱਡੀ ਲੈ ਆਇਆ। ਉਸ ਤੋਂ ਬਾਅਦ ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਰੱਸੇ ਸੱਟਣ ਦੀ ਜਾਂ ਲੋਡਰ ਲੈ ਕੇ ਆਏ ਆ। ਗੱਡੀ ਰੁਕ ਗਈ ਸੀਗੀ ਜਾਂ ਟੇਢੀ ਹੋ ਗਈ ਸੀਗੀ? ਗੱਡੀ ਉੱਥੋਂ ਥੱਲੇ ਡਿੱਗੀ, ਉਸ ਤੋਂ ਬਾਅਦ ਹਾਂਜੀ ਗੱਡੀ ਦਾ ਮੂੰਹ ਉਧਰ ਨੂੰ ਹੋ ਗਿਆ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਰੁਕ ਜਾਓ ਅਸੀਂ ਤੁਹਾਡੀ ਹੈਲਪ ਕਰਦੇ ਹਾਂ, ਅਸੀਂ ਬਹੁਤ ਕੋਸ਼ਿਸ਼ ਕੀਤੀ, ਉਹ ਇਸ਼ਾਰਾ ਸਮਝਦੇ ਪਏ ਸੀਗੇ, ਦੱਸਦੇ ਬਿਲਕੁਲ ਦੱਸਦੇ ਪਏ ਤੇ ਉਸ ਤੋਂ ਬਾਅਦ ਉਹਨਾਂ ਦਾ ਫਰੰਟ ਦਾ ਸ਼ੀਸ਼ਾ ਟੁੱਟ ਗਿਆ ਔਰ ਗੱਡੀ ਦੇ ਵਿੱਚ ਪਾਣੀ ਐਂਟਰ ਕਰ ਗਿਆ। ਸ਼ੀਸ਼ਾ ਟੁੱਟਣ ਦਾ ਕਾਰਨ ਇਹ ਪੱਥਰ ਵੀ ਹੋਣਗੇ ਕਿਉਂਕਿ ਪਿੱਛੋਂ ਪਾਰੇ ਵੀ ਪੱਥਰ ਵੀ ਆ ਰਿਹਾ ਸੀ। ਉਸ ਤੋਂ ਬਾਅਦ ਫਿਰ ਉਹ ਇੱਕ ਇੱਕ ਕਰਕੇ ਉਹ ਗੱਡੀ ਚੋਂ ਬਾਹਰ ਆਂਦੇ ਗਏ ਔਰ ਨਾਲ ਹੀ ਬਹਿੰਦੇ ਗਏ, ਭਿਆਨਕ ਸੀ, ਬਹਿੰਦੇ ਗਏ ਕੋਪਨਾਗ ਮੰਜਰ ਸੀ। ਜਾਣਕਾਰੀ ਦੇ ਮੁਤਾਬਿਕ ਬੱਚੇ ਵੀ ਗੱਡੀ ਦੇ ਵਿੱਚ ਸੀਗੇ, ਦੋ ਤਿੰਨ ਬੱਚੇ ਸੀ, ਇੱਕ ਕੁੜੀ ਸੀ ਕੋਈ 14-15 ਸਾਲ ਦੀ ਔਰ ਇੱਕ ਸ਼ਾਇਦ 18 ਸਾਲ ਦੀ, ਇੱਕ ਬੱਚਾ ਸੀ 10-11 ਸਾਲ ਦਾ। ਪਰ ਬਹੁਤ ਜ਼ਿਆਦਾ ਉਹ ਹੈ ਕਿ ਇੰਨਾ ਕਦੀ ਏਰੀਆ 'ਚ ਹੋਇਆ ਨਹੀਂ ਹੈ। ਮੈਂ ਤਾਂ ਇਹ ਕਹੂੰਗਾ ਪ੍ਰਸ਼ਾਸਨ ਨੂੰ ਕਿ ਇੱਕ ਫਲਾਈਓਵਰ ਬਣਾ ਦੇਣਾ ਕਿਉਂਕਿ ਇਹ ਜੋ ਰਸਤਾ ਹੈ ਹਿਮਾਚਲ ਨੂੰ ਜੋੜਦਾ ਹੈ ਪੰਜਾਬ ਤੋਂ। ਸਹਿਮਤ ਆ ਅਸੀਂ ਤੁਹਾਡੀ ਗੱਲ ਨਾਲ ਜਿਹੜੀ ਤੁਸੀਂ ਗੱਲ ਆਖ ਰਹੇ ਹੋ, ਪਰ ਇਸ ਚੀਜ਼ ਨੂੰ ਵੀ ਜਿਹੜਾ ਕਿ ਉਹ ਝੁਠਲਾਇਆ ਨਹੀਂ ਜਾ ਸਕਦਾ, ਲਾਪਰਵਾਹੀ ਹੈ ਜੇ ਡਰਾਈਵਰ ਇਸ ਚੀਜ਼ ਨੂੰ ਸਮਝਦਾ। ਦੋ ਪਰਿਵਾਰ ਦੱਸੇ ਜਾਂਦੇ ਨੇ ਕਿ ਉਸ ਗੱਡੀ ਦੇ ਵਿੱਚ ਸੀਗੇ ਤੇ ਅੱਜ ਉਹ ਦੋ ਪਰਿਵਾਰ ਜਿਹੜੇ ਨੇ ਕਿ ਇਸ ਦੁਨੀਆ ਦੇ ਵਿੱਚ ਹੁੰਦੇ। ਬਹੁਤ ਵੱਡੀ ਇੱਕ ਜਿਹੜੀ ਹੈ ਕਿ ਇਸ ਹਾਦਸੇ ਤੋਂ ਸਿੱਖ ਹੈ, ਖਾਸ ਤੌਰ ਤੇ ਜਿਹੜਾ ਨੌਜਵਾਨ ਵਰਗ ਹੈ। ਡਰਾਈਵਰ ਦੀ ਕੋਈ ਉਮਰ ਵੀ ਬਹੁਤੀ ਨਹੀਂ ਹੈਗੀ, 19-20 ਸਾਲ ਹੀ? ਨਹੀਂ, ਡਰਾਈਵਰ ਸੀਗਾ ਜੀ 40-45 ਸਾਲ। ਜਿਹੜੀ 19-20 ਸਾਲ ਦੀ ਜਿਹੜੀ ਦੱਸਿਆ ਜਾ ਰਿਹਾ ਕਿ ਬੰਦਾ ਵਿਅਕਤੀ ਸੀਗਾ, ਨਾਲ ਲੜਕਾ ਸੀਗਾ। ਅੱਛਾ, ਜਿਹਨੂੰ ਬਚਾਇਆ ਇੱਕ ਜਿਹੜਾ 20-22 ਸਾਲ ਦਾ ਸੀਗਾ, ਉਹ ਇਹ ਸਾਰੇ ਜਿੰਨੇ ਵੀ ਅਸੀਂ ਖੜੇ ਆ ਨਾ ਜੀ ਪੰਪਜ ਅੱਗੇ, ਇਹ ਹੈ ਜੀ ਇਹਨਾਂ ਦਾ ਨਾਮ। ਅਸੀਂ ਉੱਥੇ ਦੁਕਾਨਾਂ ਤੇ ਖੜੇ ਸੀ ਤਾਂ ਇਧਰੋਂ ਰੋਲਾ ਪੈਂਦਾ ਗਿਆ ਵੀ ਗੱਡੀ ਰੁੜ ਗਈ ਤੇ ਬੰਦੇ ਅਸੀਂ ਚਲੋ ਮੌਕੇ ਤੇ ਸਰ ਲਿਆਂਦਾ ਚੱਕ ਕੇ ਪਾਣੀ ਚੋਂ ਲਿਆਂਦਾ ਚੱਕ ਕੇ ਤਾਂ ਫਿਰ ਅਸੀਂ ਗਏ ਤਾਂ ਉਹਨੂੰ ਚੱਕ ਕੇ ਲਿਆਂਦਾ, ਬੁਰਾ ਹਾਲ ਸੀ ਜੀ ਉਹਦਾ, ਬਾਕੀ ਨਹੀਂ ਸਾਨੂੰ ਕੋਈ ਵੀ ਦਿਸਿਆ। ਜਿਸਲੇ ਪਾਣੀ ਉਤਰਿਆ ਤਾਂ ਫਿਰ ਬੋੜੀਆਂ ਮਿਲਦੀਆਂ ਗਈਆਂ, ਜਿੱਦਾਂ 3-4 ਪਿੰਡ ਸਾਜੇ ਲਾਪੇ। ਤੁਸੀਂ ਹੌਸਲਾ ਦਿਖਾਇਆ, ਇੱਕ ਜਜ਼ਬਾ ਦਿਖਾਇਆ ਜਿਹੜਾ ਕਿ ਉਹਨਾਂ ਨੂੰ ਬਚਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ। ਪਾਣੀ ਕਾਫੀ ਸੀ, ਸਪੀਡ ਬਹੁਤ ਜ਼ਿਆਦਾ ਹੁੰਦੀ ਹੈ, ਤੇ ਇਹ ਵਿੱਚ ਵੜ ਗਏ, ਬਾਕੀਆਂ ਨੇ ਬਾਹਰੋਂ ਫੜ ਲਈਆਂ, ਫਿਰ ਉਹ ਮੁੰਡੇ ਨੂੰ ਕੱਢਿਆ ਜੀ। ਅੱਛਾ ਭਾਜੀ, ਜਦੋਂ ਇਹਨਾਂ ਨੇ ਦੱਸਿਆ ਕਿ ਗੱਡੀ ਆ ਕੇ ਸਿੱਧੀ ਖੜੀ ਹੋ ਗਈ, ਪਾਣੀ ਸਿੱਧਾ ਵੱਜ ਰਿਹਾ, ਸ਼ੀਸ਼ਾ ਟੁੱਟਿਆ, ਉਸ ਟਾਈਮ ਨਹੀਂ ਆਪਾਂ ਦੇਖੇ ਸੀਗੇ ਤੇ ਜਦੋਂ ਤੁਸੀਂ ਉਸ ਬੰਦੇ ਨੂੰ ਦੇਖਿਆ, ਉਹ ਨਾਲ ਕਿਸੇ ਪੇੜ ਦੇ ਨਾਲ ਉਹਨੇ ਫੜ ਕੇ ਰੱਖਿਆ ਸੀਗਾ ਜਾਂ ਰੁੜਦਾ ਹੀ ਪਿਆ ਸੀ? ਰੁੜਦਾ ਸੀਗਾ, ਉਹ ਰੁਕਿਆ ਸੀ ਇੱਕ ਜਗ੍ਹਾ ਤੇ, ਜਿੱਦਾਂ ਨਾ ਇੰਨਾ ਜ਼ਮੀਨ ਦੇ ਵਿੱਚ ਉਹ ਧਸ ਗਿਆ ਸੀ, ਮਿੱਟੀ ਵੀ ਨਾਲ ਆ, ਜਿੱਦਾਂ ਕਿਤੇ ਥੋੜਾ ਪਾਣੀ ਘਟਿਆ ਹੋਣਾ, ਉਹ ਰੁਕਿਆ ਤਾਂ ਜ਼ਮੀਨ ਚ ਦਬ ਗਿਆ। ਜਦੋਂ ਮੈਂ ਉਹਨੂੰ ਖਿੱਚਿਆ, ਪੂਰਾ ਜ਼ੋਰ ਲਾ ਕੇ ਖਿੱਚਿਆ ਤਾਂ ਮੈਂ ਵੀ ਪਿੱਛੇ ਡਿੱਗਿਆ ਜੀ, ਤਾਂ ਖਿੱਚ ਹੋਇਆ ਉਹ। ਉਸਲੇ ਸਵਾਸ ਚੱਲਦੇ ਸੀਗੇ, ਠੀਕ ਸੀਗਾ? ਉਹ ਮੁੰਡਾ ਠੀਕ ਸੀ, ਇੱਕ ਮੁੰਡੇ ਦਾ ਰੈਸਕਿਊ ਕੀਤਾ, ਉਹ ਬਹੁਤ ਸਹੀ ਹੈ, ਉਹ ਇਸ ਵੇਲੇ ਅੱਛਾ। ਦੂਸਰੀ ਇੱਕ ਹੋਰ ਜਾਣਕਾਰੀ ਲੈਣੀ ਚਾਹਾਂਗੇ ਕਿ ਗੱਡੀ ਹੁਣ ਜਿਸ ਤਰੀਕੇ ਨਾਲ ਬਾਹਰ ਕੱਢੀ ਹੈ, NDRF SDRF ਦੀਆਂ ਟੀਮਾਂ ਆਈਆਂ ਨੇ, ਗੱਡੀ ਕਿਹੜੀ ਥਾਂ ਤੋਂ ਕੱਢੀ? ਗੱਡੀ ਆਹ ਵਾਲੀ, ਗੱਡੀ ਆਹ ਵਾਲੀ ਜਗ੍ਹਾ ਇਹ ਪੱਟ ਕੇ ਜੀ ਸਾਰਾ, ਇਹ ਇਥੋਂ ਫਿਰ ਲੋਡਰ ਮੰਗਾਇਆ ਜੀ, ਨਾਲ JCB ਸੀਗੀ, ਦੋਨਾਂ ਨਾਲ ਟੋ ਕਰਕੇ ਨਾ ਜੀ ਇਹ ਫਿਰ ਕੱਢ ਕੇ ਫਿਰ ਉੱਥੇ ਪਜਾਈ ਗੱਡੀ ਜੀ। ਗੱਡੀ ਦੇ ਜੋ ਹਾਲਾਤ ਨੇ, ਜੋ ਤਸਵੀਰਾਂ ਨੇ, ਬਹੁਤ ਪਲਟੀਆਂ ਖਾ ਕੇ ਟੋਟਲ ਲਾਸ ਹੋਈ ਹੋਈ ਹੈ ਗੱਡੀ, ਬਹੁਤ ਬੁਰੇ ਹਾਲ ਨੇ। ਇਸ ਜਗ੍ਹਾ ਤੋਂ ਜੀ, ਹਾਂਜੀ ਆਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਐਕਸਕਲੂਸਿਵ ਤਸਵੀਰ ਕਿ ਜਿਸ ਜਗ੍ਹਾ ਤੋਂ ਜਿਹੜੀ ਉਹ ਗੱਡੀ ਕੱਢੀ ਗਈ ਹੈ ਮੌਕੇ ਤੇ। ਇਸ ਵੇਲੇ ਜੋ
ਹਾਲਾਤ ਬਣੇ ਨੇ, ਤੁਸੀਂ ਆਪਣੇ ਆਪ ਵੇਖ ਸਕਦੇ ਹੋ ਕਿ ਇਹ ਕਿੰਨਾ ਖੌਫਨਾਕ ਮੰਜ਼ਰ ਹੋਏਗਾ। ਅੱਛਾ, ਮੈਂ ਇੱਕ ਚੀਜ਼ ਹੋਰ ਵੀ ਜਾਣਨੀ ਚਾਹਾਂਗਾ, ਇਹ ਪਾਣੀ ਜਿਹੜਾ ਬਹਾਵ ਹੈ ਅਕਸਰ ਜਦੋਂ ਮੀਂਹ ਪੈਣ ਤੇ ਹੀ ਹੈ ਜਾਂ ਹਿਮਾਚਲ ਦੇ ਵਿੱਚ ਵੀ ਜੋ ਹਾਲਾਤ? ਮੀਂਹ ਪੈਣ ਤੇ ਆਉਂਦਾ ਹੈ, ਜਿਸ ਵੇਲੇ ਬਾਰਿਸ਼ ਹੋਣੀ ਹੈ ਜੀ ਉਸ ਵੇਲੇ ਪਾਣੀ ਆਉਣਾ ਹੈ, ਪਾਣੀ ਆਉਣਾ ਹੀ ਆਉਣਾ। ਮੈਂ ਉਸ ਤੋਂ ਪਹਿਲਾਂ ਕਿਸੇ ਉਸ ਤੋਂ ਪਹਿਲਾਂ ਕਿਸੇ ਤਰੀਕੇ ਦੇ ਨਾਲ ਕੋਈ ਅਲਰਟ, ਕੋਈ ਪ੍ਰਸ਼ਾਸਨ ਦੀ ਬੈਰੀਕੇਟਿੰਗ ਜਾਂ ਪਹਿਲਾਂ ਦੀ, ਹਾਲਾਂਕਿ ਜ਼ਰੂਰ ਪਹਿਲਾਂ ਗੱਲ ਵੀ ਕੀਤੀ ਹੈ ਕਿ ਫਲਾਈਓਵਰ ਜਿੰਨੀ ਕਿ ਪਬਲਿਕ ਹੁੰਦੀ ਹੈ ਉਹ ਹਰ ਇੱਕ ਰੋਕ ਲੈਂਦੇ ਨੇ, ਉਹਨਾਂ ਨੂੰ ਉਹ ਆਪਣੇ ਆਪ ਹੀ ਕਰਨ ਲੱਗ ਪੈਂਦੇ ਕਿ ਵੀ ਤੁਸੀਂ ਇਹਨਾਂ ਨੂੰ ਰੋਕਿਆ ਜਾਵੇ, ਪਿੱਛੇ ਵੀ ਇਹਨਾਂ ਨੂੰ ਰੋਕਿਆ, ਇਹ ਉੱਥੋਂ ਕ੍ਰੋਸ ਕਰਿਆ, ਉਧਰ ਵੀ ਦੋ ਤਿੰਨ, ਮਤਲਬ ਹੋਰ ਦੋ ਤਿੰਨ ਜਲਦਬਾਜ਼ੀ ਕੀਤੀ ਉਹਨਾਂ ਨੇ ਤਾਂ ਜ਼ਿੰਦਗੀ ਤੋਂ, ਦੋ ਤਿੰਨ ਗੱਡੀਆਂ, ਤਿੰਨ ਚਾਰ ਗੱਡੀਆਂ ਉਧਰ ਹੋਰ ਵੀ ਰੁਕੀਆਂ ਸੀਗੀਆਂ, ਇੱਧਰ ਵੀ ਤੁਰ ਪਿਆ ਗੱਡੀ ਲੈ ਕੇ, ਇੱਕ ਹੋਰ ਗੱਡੀ ਸੀਗਾ ਉਹ ਵਿੱਚ ਵੜਨ ਲੱਗਾ ਸੀ, ਉਹਨੂੰ ਪਤਾ ਲੱਗ ਗਿਆ ਦੋ ਗੱਡੀਆਂ ਚ ਸੀਗੇ ਇਹ, ਛੋਟੀ ਗੱਡੀ ਦੇ ਵੀ ਵੱਡੀ ਚ ਬੈਠ ਗਏ ਵੀ ਇਹ ਪਾਸ ਹੋ ਜਾਊਗੀ ਇਨੋਵਾ, ਛੋਟੀ ਅਲਟੋ ਨਹੀਂ ਪਾਸ ਹੋਣੀ, ਉਹ ਚੱਕਰ ਪਾਸ ਕਰਦੇ ਕਰਦੇ ਸਾਰੇ ਹੀ ਗਏ ਪੂਰੀ ਫੈਮਿਲੀ। ਜਿਸ ਤਰੀਕੇ ਦੇ ਨਾਲ ਇਲਾਕਾ ਵਾਸੀ ਕਹਾਣੀ ਦੱਸਦੇ ਪਏ ਨੇ, ਹਾਲਾਂਕਿ ਜ਼ਰੂਰ ਕੋਸ਼ਿਸ਼ ਕੀਤੀ ਹੈ, ਕਿਉਂਕਿ ਮੈਂ ਪਹਿਲਾਂ ਵੀ ਸ਼ੁਰੂਆਤ ਵਿੱਚ ਇਸ ਖਬਰ ਦੇ ਇਹ ਗੱਲ ਆਖੀ ਸੀਗੀ ਕਿ ਲੋਕ ਜਿਹੜੇ ਚਸ਼ਮਦੀਦ ਸੀਗੇ ਅਕਸਰ ਉਹ ਤਸਵੀਰਾਂ ਇਹ ਦੇਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਜੋ ਹਾਲਾਤ ਬਣਦੇ ਨੇ, ਹਾਲਾਂਕਿ ਫੋਨ ਦੇ ਵਿੱਚ, ਮੋਬਾਈਲ ਤੇ, ਨੈੱਟ ਤੇ, ਹੜ੍ਹ ਦੇ ਵਿੱਚ ਜਿਸ ਤਰੀਕੇ ਨਾਲ ਗੱਡੀਆਂ ਰੁੜਦੀਆਂ ਨੇ, ਲੋਕ ਰੁੜਦੇ ਨੇ, ਉਹਨਾਂ ਦੀਆਂ ਜ਼ਰੂਰ ਤਸਵੀਰਾਂ ਦੇਖਦੇ ਨੇ, ਪਰ ਅੱਜ ਇਹ ਲੋਕਾਂ ਨੇ ਆਪ ਉਹ ਮੰਜ਼ਰ ਆਪਣੀਆਂ ਅੱਖਾਂ ਨਾਲ ਦੇਖਿਆ, ਹਾਲਾਂਕਿ ਕੋਸ਼ਿਸ਼ ਇਹਨਾਂ ਨੇ ਬਹੁਤ ਕੀਤੀ ਉਹਨਾਂ ਨੂੰ ਬਚਾਉਣ ਦੀ, ਪਰ ਜਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਸੀਗਾ ਉਹਨੇ ਜ਼ਰੂਰ ਜਿਹੜਾ ਪ੍ਰਸ਼ਾਸਨ ਨੂੰ ਵੀ ਹਿਲਾਇਆ ਹੈ। ਮੌਕੇ ਤੇ ਹੁਣੇ ਆਏ ਨੇ ਮੰਤਰੀ ਸਾਹਿਬ ਵੀ ਆਏ ਨੇ, ਹੋ ਕੇ ਆ ਗਏ ਤੁਹਾਡੇ ਲੋਕਲ, ਆਪਣਾ ਜਿੰਪਾ ਸਾਹਿਬ ਆਏ ਨੇ, ਡੀ ਸਾਹਿਬ ਆਏ ਨੇ, ਹੁਣ ਕੱਲ ਕੀ ਕਹਿ ਕੇ ਗਏ ਨੇ, ਇਹਨਾਂ ਕੋਈ ਹੱਲ ਨਿਕਲਦਾ ਪਿਆ ਤਾਂ ਕਿ ਇੱਦਾਂ ਦੇ ਜਿਹੜੇ ਮਾਮਲੇ ਸਾਹਿਬ ਨੂੰ ਕਹਿ ਕੇ ਗਏ ਆ ਕਿ ਤੁਸੀਂ ਇਹਦੇ ਬਾਰੇ ਦੇਖੋ ਤੇ ਇਹਦਾ ਜੋ ਪ੍ਰਪੋਜ਼ਲ ਬਣਦਾ ਹੈ ਉਹ ਬਣਾ ਕੇ, ਫਲਾਈਓਵਰ ਦਾ ਜੋ ਵੀ ਬਣਦਾ ਉਹ ਬਣਾ ਕੇ ਸਾਨੂੰ ਭੇਜੋ ਕਿ ਤਾਂ ਕਿ ਜਿਹੜਾ ਇਹ ਫਲਾਈਓਵਰ ਲਈ ਅੱਗੇ ਕਰ ਸਕੀਏ ਕੰਮ। ਤੇ ਉਧਰ ਐਸ ਐਸ ਪੀ ਸਾਹਿਬ ਤੇ ਡੀ ਸੀ ਸਾਹਿਬ ਉਧਰ ਗਏ ਸੀਗੇ, ਉਧਰ ਬੈਰੀਗੇਟਾਂ ਦਾ ਕਰਿਆ ਹੈ ਕਿ ਉਹਨਾਂ ਨੇ ਹੁਣ ਸਵੇਰ ਨੂੰ ਆਪਣੇ ਚੌਂਕੀ ਇੰਚਾਰਜ ਸਾਹਿਬ ਨੂੰ ਕਹਿ ਗਏ ਸੀਗੇ ਕਿਉਂਕਿ ਉਹ ਸਵੇਰ ਨੂੰ ਆਪਣੇ ਜਿਹੜੇ ਬੈਰੀਗੇਟ, ਹਾਲੇ ਵੀ ਏਦਾਂ ਦਾ ਹੀ ਹੈ, ਮੀਂਹ ਵੀ ਪੈ ਰਹੇ ਨੇ, ਕੋਈ ਕਹਿ ਨਹੀਂ ਸਕਦੇ। ਬਾਕੀ ਸਾਰਾ ਹੁਣ ਪ੍ਰਸ਼ਾਸਨ ਸਾਰਾ ਇੱਥੇ ਅਲਰਟ ਵੀ ਹੋ ਗਿਆ ਵਾ ਕਿ ਜੇ ਸਾਰੀਆਂ ਜੋ ਵੀ ਹੈਗੀਆਂ ਰਿਕੁਆਇਰਮੈਂਟ ਉਹ ਪੂਰੀਆਂ ਕਰ ਰਹੇ ਹੈ ਜੀ। ਅੱਛਾ, ਪਾਣੀ ਜਿਹੜਾ ਮੇਨ ਇਹ ਹਿਮਾਚਲ ਤੋਂ ਆਉਂਦਾ, ਇਹ ਕਈ ਸਾਲਾਂ ਤੋਂ ਸਥਿਤੀ ਇਸੇ ਤਰੀਕੇ ਨਾਲ ਏਦਾਂ ਹੀ ਏਦਾਂ ਦੀ ਹੈ, ਸਦੀਆਂ ਤੋਂ ਹੀ ਹੈ, ਬਹੁਤ ਪੁਰਾਣਾ ਹੈ, ਕਿਸੇ ਨੇ ਇਹਨੂੰ ਸਵਾਰਨ ਦੀ, ਪੱਕਾ ਰਸਤਾ ਬਣਾਉਣ ਦੀ ਜਾਂ ਇਹਦੀ ਬੈਰੀਕੇਟਿੰਗ ਕਰਨ ਦੀ, ਜਿੱਦਾਂ ਸ਼ੁਰੂ ਹੋ ਜਾਂਦੀ ਹੈ, ਜਿੱਦਾਂ ਮੰਨ ਲਓ ਇੱਧਰ ਦੀਆਂ ਗੱਡੀਆਂ ਇੱਧਰ ਰੁਕ ਜਾਂਦੀਆਂ, ਉੱਧਰ ਦੀ ਉੱਧਰ ਦੇ, ਸਾਰਿਆਂ ਨੂੰ ਕਹਦੇ ਰੁਕ ਜਾਓ, ਪਾਣੀ ਬਹੁਤ ਜ਼ਿਆਦਾ। ਇਸ ਸਮੱਸਿਆ ਦਾ ਹੱਲ ਤਾਂ ਨਹੀਂ ਹੈਗਾ ਨਾ, ਇਹਦਾ ਹੱਲ ਕੋਈ ਹੈ ਕਿ ਫਲਾਈਓਵਰ? ਫਲਾਈਓਵਰ ਹੈ ਨਾ, ਹੱਲ ਤਾਂ ਨਹੀਂ ਹੈਗਾ ਨਾ ਕਿ ਅੱਧੇ ਬੰਦੇ ਇੱਧਰ ਰੋਕ ਲਏ, ਅੱਧੇ ਉੱਧਰ ਰੋਕ ਤੇ, ਜਿੱਦਾਂ ਦੇ ਇਹ ਕਾਲੇ ਸੀਗੇ ਕੋਈ ਹੋਰ ਵੀ ਨਿਕਲ ਆਉਂਦਾ, ਕਿਉਂਕਿ ਸਮੱਸਿਆ ਹੋ ਸਕਦੀ ਹੈ ਕਿ ਕੋਈ ਸਬਕ ਲਏ ਜਾਂ ਨਾ ਲਏ ਉਹ ਬਾਅਦ ਦੀ ਗੱਲ। ਪਿਛਲੇ ਸੀਜ਼ਨ ਚ ਵੀ ਸਰ ਇੱਕ ਕਹਿ ਸਕੇ ਉਹ ਵੀ ਰੈਸਕਿਊ ਕੀਤੇ ਅਸੀਂ, ਮਤਲਬ ਬਚ ਗਏ, ਉਹ ਪੂਰੀ ਐਕਟਿਵਾ ਵਿੱਚ ਸੀਗੀ ਮਿੱਟੀ ਦੇ, ਉਹ ਰਾਤ ਨੂੰ ਅਸੀਂ 9:30 ਵਜੇ ਅਸੀਂ ਕੱਢੇ। ਅੱਜ ਵੀ ਜਿਹੜਾ ਹਾਦਸਾ ਹੋਇਆ ਉਹ ਲੋਡਰ ਦੇ ਮਗਰ, ਉਹਨੂੰ ਲੱਗਿਆ ਕਿ ਸ਼ਾਇਦ ਲੋਡਰ ਦੇ ਮਗਰ ਮੈਂ ਲੱਗਿਆ ਕਿ ਗੱਡੀ ਚ ਭਾਰ ਜ਼ਿਆਦਾ ਕਿ ਨਿਕਲ ਜਾਏਗਾ, ਪਰ ਪਾਣੀ ਜਿਸ ਤਰੀਕੇ ਦਾ ਸੀਗਾ, ਜੋ ਬਹਾਵ ਸੀਗਾ ਉਹਦਾ, ਬਹੁਤ ਜ਼ਿਆਦਾ ਫਲੋ ਸੀਗਾ ਪਾਣੀ ਦਾ, ਸਪੀਡ ਬਹੁਤ ਜ਼ਿਆਦਾ ਹੁੰਦੀ ਨਾਲ ਪੱਥਰ ਆਂਦੇ ਉਸ ਚੱਕਰ ਚ ਹੋਇਆ। ਅਜੇ ਤਾਂ ਇਹ ਕਹਾਂਗੇ ਕਿ ਫਲਾਈਓਵਰ ਬਣ ਜਾਵੇ ਤਾਂ ਅੱਗੇ ਤੋਂ ਇਦਾਂ ਦਾ ਕੋਈ ਹਾਦਸਾ ਨਾ ਹੋਵੇ। ਕੁਛ ਤੁਹਾਡੇ ਅਸੀਂ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਇੱਦਾਂ ਦੀਆਂ ਚੀਜ਼ਾਂ ਹੈ ਜਿੱਥੇ ਵੀ ਪਾਣੀ ਆਉਂਦਾ ਹੈ ਤਾਂ ਉਹਨੂੰ ਤੁਸੀਂ ਲੰਘਣ ਦਿਓ, ਉਹਨੂੰ ਪਾਣੀ ਨੂੰ ਖਤਮ ਹੋਣ ਦਿਓ, ਤਾਂ ਹੀ ਉਸ ਤੋਂ ਬਾਅਦ ਕਰੋਸਿੰਗ ਕਰੋ, ਤਾਂ ਕਿ ਜਿਹੜੀਆਂ ਪ੍ਰਮਾਤਮਾ ਨੇ ਜ਼ਿੰਦਗੀਆਂ ਦਿੱਤੀਆਂ ਵਾ ਉਹ ਕਦਰ ਹੋਵੇ, ਉਹ ਬਚਾਈ ਜਾ ਸਕੀਏ ਤੇ ਇੱਦਾਂ ਦੇ ਹਾਦਸੇ ਨਾ ਹੋਣ ਅੱਗੇ ਤੋਂ। ਤਸਵੀਰ ਤੁਹਾਨੂੰ ਦਿਖਾਵਾਂਗੇ ਅਖੀਰਲੀ, ਇੱਥੋਂ ਹੀ ਉਹ ਇਨੋਵਾ ਕਾਰ ਕੱਢੀ ਗਈ ਹੈ, ਉਹ ਕਿੰਨਾ ਹਾਦਸਾ ਜ਼ਬਰਦਸਤ ਹੋਏਗਾ ਉਸ ਵੇਲੇ ਜੋ ਇਸ ਵਕਤ ਲੋਕ ਇਸ ਦੁਨੀਆਂ ਚ ਨਹੀਂ ਰਹੇ, ਉਹਨਾਂ ਦੇ ਹਾਲਾਤ ਕਿਸ ਤਰੀਕੇ ਦੇ ਹੋਣਗੇ,
ਹਾਲਾਂਕਿ ਗਲਤੀ ਜ਼ਰੂਰ ਇੱਥੇ ਡਰਾਈਵਰ ਦੀ ਹੈ, ਇੱਕ ਬੰਦੇ ਦੀ ਗਲਤੀ ਕਰਕੇ ਦੋ ਪਰਿਵਾਰ ਇੱਥੇ ਉਜੜੇ ਨੇ, ਦੋ ਜਿਹੜੇ ਨੇ ਕਿ ਉਹ ਪਰਿਵਾਰਾਂ ਦੇ ਵਿੱਚ ਸੱਥਰ ਵਿੱਚ ਗਏ ਨੇ। ਪਰ ਉਹ ਜੋ ਇਸ ਵੇਲੇ ਗੱਡੀ ਦੇ ਹਾਲਾਤ ਨੇ, ਇਲਾਕਾ ਵਾਸੀਆਂ ਨੇ ਗੱਲ ਆਖੀ ਹੈ ਕਿ ਜ਼ਰੂਰ ਇਹ ਲਾਪਰਵਾਹੀ ਹੈ, ਬਾਕੀ ਲੋਕਾਂ ਨੂੰ ਵੀ ਜਿਹੜੀ ਹੈ ਕਿ ਉਹ ਇਸ ਗੱਲ ਤੋਂ ਜਿਹੜੀ ਹੈ ਕਿ ਸਿੱਖ ਲੈਣੀ ਚਾਹੀਦੀ ਹੈ ਕਿ ਕਾਹਲੀ ਦੇ ਨਾਲ ਜਿਹੜਾ ਕਿ ਅੱਗੇ ਕਿਸ ਤਰੀਕੇ ਦਾ ਹਾਦਸਾ ਹੋਇਆ। ਪਰ ਇਸ ਵਕਤ ਸਵਾਲ ਸਭ ਤੋਂ ਵੱਡਾ ਪ੍ਰਸ਼ਾਸਨ ਤੇ ਵੀ ਹੈ, ਜੇਕਰ ਇੱਥੇ ਬੈਰੀਕੇਟਿੰਗ ਹੋਵੇ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਨੇ ਆਉਣ ਵਾਲੇ ਦਿਨਾਂ 'ਚ ਵੀ ਹੋ ਸਕਦੇ ਨੇ, ਕਿਉਂਕਿ ਜਿਸ ਤਰੀਕੇ ਨਾਲ ਦੱਸਿਆ ਕਿ ਇਸ ਵਕਤ ਅਸੀਂ ਜਿਹੜੀ ਜਗ੍ਹਾ ਤੇ ਖੜੇ ਹੋਏ ਹਾਂ, ਇੱਥੇ ਪਾਣੀ ਕਦੋਂ ਕਿਹੜੇ ਵੇਲੇ ਕਿੰਨਾ ਆ ਜਾਣਾ ਵੈ ਕਿਸੇ ਨੂੰ ਕੁਛ ਨਹੀਂ ਪਤਾ, ਕਿਉਂਕਿ ਹਿਮਾਚਲ ਅੱਗੇ ਸ਼ੁਰੂ ਹੋ ਜਾਂਦਾ। ਹਿਮਾਚਲ 'ਚ ਇਸ ਵਕਤ ਦੀਆਂ ਜੋ ਰਿਪੋਰਟਸ ਨੇ, ਜੋ ਤਸਵੀਰਾਂ ਨੇ, ਕਿੰਨਾ ਮੀਂਹ ਪੈ ਰਿਹਾ, ਤੇ ਖਾਸ ਤੌਰ ਤੇ ਇਹ ਜੋ ਹਾਲਾਤ ਬੰਦੇ ਨੇ ਉਹ ਮੰਦਿਰ ਦੀ ਵੀ ਤੁਹਾਨੂੰ ਇਸ ਵਕਤ ਜਿਹੜੀ ਤਸਵੀਰ ਦਿਖਾ ਰਿਹਾ, ਮੰਦਿਰ ਦੇ ਵੀ ਅੰਦਰ 15-20 ਫੁੱਟ ਪਾਣੀ ਜਿਹੜਾ ਕਿ ਦੂਸਰੇ ਪਾਸੇ ਵੱਲ ਹੋ ਗਿਆ ਸੀ। ਹਾਂਜੀ ਸਰ, ਪਾਣੀ ਜਦੋਂ ਬਾਹਰ ਨਾਲ ਨਾਲ ਆਉਂਦਾ ਨਾ ਪਾਣੀ, ਇਹ ਜਿਹੜੀ ਇਹ ਮਿੱਟੀ ਸੀਗੀ ਇਹ 15 ਫੁੱਟ ਅੱਗੇ ਸੀਗੀ, ਖੁਰਦੀ ਜਾਂਦੀ ਹੈ ਨਾਲ ਖੁਰ ਕੇ ਸਾਰੀ ਪਿੱਛੇ ਨੂੰ ਚਲੇ ਗਈ ਹੈ ਜੀ। ਉਹ ਹੁਣ ਇਹਦਾ ਵੀ ਮੰਦਿਰਾਂ ਦਾ ਵੀ ਖਤਰਾ ਹੈ ਜੀ, ਮਤਲਬ ਕਿ ਪੱਕਾ ਇੱਕ ਹੱਲ ਜਿਹੜਾ ਕਰਨ ਦੀ ਲੋੜ, ਡੰਗੇ ਲਗਵਾਏ ਜਾਣ ਇੱਥੇ ਜੀ, ਪਾਣੀ ਦੀ ਜਿਹੜੀ ਮਿੱਟੀ ਦੀ ਖਾਰ ਹੈ ਉਹਨੂੰ ਬਚਾਇਆ ਜਾ ਸਕੇ। ਬਿਲਕੁਲ ਠੀਕ ਹੈ, ਪਹਾੜੀਆਂ ਵੀ ਬਿਲਕੁਲ ਠੀਕ ਹੈ ਸਰਕਾਰ ਜ਼ਰੂਰ। ਹਾਲਾਂਕਿ ਅੱਜ ਮੰਤਰੀ ਸਾਹਿਬ ਆਏ ਨੇ, ਜਿੰਪਾ ਸਾਹਿਬ ਇੱਥੇ ਮੌਕੇ ਤੇ ਹੋ ਕੇ ਗਏ ਨੇ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੀ ਮੌਕੇ ਦਾ ਜਿਹੜਾ ਹੈ ਸਰਵੇ ਕਰਕੇ ਗਏ ਨੇ। ਉਮੀਦ ਕਰਾਂਗੇ ਕਿ ਅੱਗੋਂ ਇਹੋ ਜਿਹੇ ਹਾਦਸੇ ਨਾ ਹੋਣ, ਤੇ ਜੋ ਅੱਜ ਹਾਲਾਤ ਬਣੇ ਨੇ, ਜਿਸ ਤਰੀਕੇ ਦੇ ਨਾਲ ਜੋ ਤਸਵੀਰਾਂ ਨਿਕਲ ਕੇ ਸਵੇਰੇ ਸਾਹਮਣੇ ਆਈਆਂ ਨੇ, ਇਹ ਦੁਬਾਰਾ ਜਿਹੜੀਆਂ ਸਾਹਮਣੇ ਨਾ ਆਣ। ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰਮੀ ਸਿੰਘ ਨੂੰ ਦਿਓ ਇਜਾਜ਼ਤ, ਧੰਨਵਾਦ।